ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹਰਿਆਣਾ ਤੇ ਚੰਡੀਗੜ੍ਹ ਦੇ ਦੌਰੇ ਪਿੱਛੋਂ ਹੁਣ ਪੰਜਾਬ ਦੇ ਦੌਰੇ ਤੇ ਆ ਸਕਦੇ ਨੇ। ਅਮਿਤ ਸ਼ਾਹ ਅੱਜ ਕੱਲ ਪਾਰਟੀ ਦੀ ਮਜ਼ਬੂਤੀ ਦੇ ਲਈ ਦੇਸ਼ ਦੇ ਦੌਰੇ ਤੇ ਨੇ। ਸ਼ਾਹ 28 ਅਤੇ 29 ਜੂਨ ਨੂੰ 2 ਦਿਨਾਂ ਦੇ ਲਈ ਪੰਜਾਬ ਦਾ ਦੌਰਾ ਕਰਨਗੇ ਅਤੇ ਸੰਭਵ ਹੈ ਕਿ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਪਾਰਟੀ ਦੀਆਂ ਰੈਲੀਆਂ ਨੂੰ ਸੰਬੋਧਨ ਕਰਨ। ਵਰਣਯੋਗ ਹੈ ਕਿ ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਵਾਰ ਵਾਰ ਇਹ ਕਹਿ ਰਹੇ ਨੇ ਕਿ ਪੰਜਾਬ ਵਿੱਚ ਨਗਰ ਨਿਗਮਾਂ ਤੇ ਕਈ ਨਗਰ ਪ੍ਰੀਸ਼ਦਾਂ ਦੇ ਪਲਿਕਾਵਾਂ ਦੀਆਂ ਚੋਣਾਂ ਦੀ ਸ਼ਾਇਦ ਜੂਨ ਮਹੀਨੇ ਕਰਾ ਦਿੱਤੀਆਂ ਜਾਣ, ਪਰ ਹਾਲਾਂਕਿ ਇਹਨਾਂ ਦੀਆਂ ਤਿਆਰੀਆਂ ਨੂੰ ਕਈ ਮਹੀਨੇ ਲੱਗ ਸਕਦੇ ਨੇ ਕਿਉਂਕਿ ਵਾਰਡਬੰਦੀ ਦਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਵੇਗਾ ਅਤੇ ਫਿਰ ਵੋਟਰ ਸੂਚੀਆਂ ਵੀ ਨਵੇਂ ਸਿਰੇ ਹੀ ਬਣਾਉਣੀਆਂ ਕਾਨੂੰਨੀ ਤੌਰ 'ਤੇ ਲਾਜ਼ਮੀ ਨੇ।